ਪਰਸਨਲੀ ਬਾਜੀ ਖੁਸ਼ ਹਾਂ ਲੇਕਿਨ ਉਹੀ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਆ ਟੀਮ ਗੇਮ ਆ ਅਤੇ ਜੇ ਮੇਰੀ ਪਰਫੋਰਮੈਂਸ ਨਾਲ ਟੀਮ ਨੂੰ ਜਿੱਤਣ 'ਚ ਹੈਲਪ ਹੋਊਗੀ ਤਾਂ ਉਹ ਜ਼ਿਆਦਾ ਬੈਨੀਫਿਟ ਰਹੇਗਾ ਮੇਰੇ ਲਈ ਵੀ ਅਤੇ ਟੀਮ ਲਈ ਵੀ ਕਿਉਂਕਿ ਉਹਦੇ ਨਾਲ ਕੀ ਹੈ ਮੈਨੂੰ ਜ਼ਿਆਦਾ ਚਾਂਸਿਸ ਮਿਲਣਗੇ ਕਿ ਆਪਾਂ ਕੁਆਲੀਫਾਈ ਹੋਵਾਂਗੇ ਤਾਂ ਅਤੇ ਆਪਣਾ ਪਰਸਨਲ ਜੇ ਮੈਂ ਕਹਾਂ ਬੋਲਿੰਗ ਵਧੀਆ ਹੋਣ ਦੇ ਰੀਜ਼ਨਸ ਆ ਵੀ ਆ ਕਾਫੀ ਕ੍ਰੈਡਿਟ ਜਿਵੇਂ ਆਪਣਾ ਬੋਲਿੰਗ ਕੋਚ ਡੇਮਿਨ ਰਾਈਟ ਨੂੰ ਜਾਣਾ ਚਾਹੀਦਾ ਹੈੱਡ ਕੋਚ ਸਕਿੱਪਰ ਉਹਨਾਂ ਨੇ ਜਿਵੇਂ ਟਰੱਸਟ ਦਿਖਾਇਆ ਮੈਨੂੰ ਕ੍ਰੂਸ਼ੀਅਲ ਟਾਈਮ 'ਤੇ ਜਾ ਕੇ ਬੋਲ ਪਾਉਂਦੇ ਬੈਕ ਕਰਦੇ ਮੇਰੀ ਮੇਰੇ ਸਕਿੱਲਸ ਨੂੰ ਬੈਕ ਕਰਦੇ ਆ ਅਤੇ ਉਦੋਂ ਵਧੀਆ ਲੱਗਦਾ ਕਿ ਉਹਨਾਂ ਨੇ ਰਿਜ਼ਲਟ ਲੈ ਕੇ ਦੇ ਰਿਹਾ ਵਾਪਸ ਜਾਂਦੇ ਕੁਛ ਖਾਸ ਸੋਚਦਾ ਨਹੀਂ ਕਿਉਂਕਿ ਜਿਵੇਂ ਕਹਿੰਦੇ ਵੀ ਜ਼ਿਆਦਾ ਸੋਚਣਾ ਵੀ ਸਿਹਤ ਲਈ ਚੰਗਾ ਨਹੀਂ ਹੁੰਦਾ ਬੰਦਾ ਜ਼ਿਆਦਾ ਸੋਚ ਕੇ ਆਪਣੇ ਪੈਰ 'ਤੇ ਖੁਦ ਨਾਲ ਖਿਲਾੜੀ ਮਾਰ ਲਏ ਅਤੇ ਬਸ ਆਹੀ ਹੁੰਦਾ ਆਪਣੇ ਮਾਇੰਡ ਕਲੀਅਰ ਰੱਖਣ ਦੀ ਕੋਸ਼ਿਸ਼ ਕਰਦਾ ਅਤੇ ਚੀਜ਼ਾਂ ਨੂੰ ਸਿੰਪਲ ਰੱਖਣ ਦੀ ਕੋਸ਼ਿਸ਼ ਕਰਦਾ ਸਿੰਪਲ ਰੱਖਣ ਕਰਕੇ ਜਿਹੜੇ ਰਿਜ਼ਲਟਸ ਆ ਵਧੀਆ ਆ ਰਹੇ ਅਤੇ ਹਮੇਸ਼ਾ ਜ਼ਿਆਦਾਤਰ ਕੀ ਹੁੰਦਾ ਹਰੇਕ ਬੋਲ ਤੋਂ ਬਾਅਦ ਮੈਨੂੰ ਇੱਕ ਵਾਰੀ ਜਿਵੇਂ ਮਿਹੰਗ ਭਾਈ ਆਉਂਦੇ ਆ ਹਰੇਕ ਬੋਲ ਤੋਂ ਪਹਿਲਾਂ ਪੁੱਛਦੇ ਆ ਸਭ ਠੀਕ ਆ ਫੀਲਡ 'ਚੋਂ ਚੇਂਜ ਕਰਨਾ ਕਿ ਨਹੀਂ ਕਰਨਾ ਬਸ ਉਹਨਾਂ ਨਾਲ ਗੱਲ ਕਰ ਲੈਣਾ ਕਿ ਹਾਂਜੀ ਸਭ ਠੀਕ ਆ ਉਹਦੇ ਨਾਲ ਵਧੀਆ ਥੋੜ੍ਹਾ ਕਾਮ ਫੀਲ ਹੁੰਦਾ ਬੰਦੇ ਨੂੰ ਅਤੇ ਫਿਰ ਉਹੀ ਆਪਣੀ ਜੋ ਵੀ ਮੈਂ ਐਗਜ਼ੀਕਿਊਟ ਕਰਨਾ ਹੁੰਦਾ ਉਹਦੇ ਬਾਰੇ ਸੋਚ ਲੈਣਾ ਅਤੇ ਫਿਰ ਚੱਲ ਜਾ ਮਾਇੰਡ ਸੈੱਟ ਸਾਰਿਆਂ ਦਾ ਪੋਜ਼ੀਟਿਵ ਹੀ ਹੈ ਸ਼ੁਰੂ ਤੋਂ ਲੇਕਿਨ ਉਹੀ ਜਿਵੇਂ ਅਸੀਂ ਕਹਿ ਰਹੇ ਕਿ ਆਪਣਾ ਟੀਮ ਮੀਟਿੰਗ 'ਚ ਵੀ ਗੱਲ ਹੁੰਦੀ ਜਾਂ ਫਿਰ ਨੋਰਮਲੀ ਜਦੋਂ ਗੱਲ ਕਰੀਦੀ ਆਹੀ ਗੱਲ ਆ ਕਿ ਕਰੰਟ ਸਿਚੁਏਸ਼ਨ ਜਦੋਂ ਪ੍ਰੈਸ਼ਰ ਜ਼ਿਆਦਾ ਹੁੰਦਾ ਖੁਦ 'ਤੇ ਜਾਂ ਫਿਰ ਟੀਮ 'ਤੇ ਉਦੋਂ ਤੁਸੀਂ ਉੱਥੋਂ ਕਿੱਦਾਂ ਉੱਭਰ ਕੇ ਆ ਸਕਦੇ ਹੋ ਬਾਹਰ ਨੂੰ ਅਤੇ ਉੱਥੇ ਟੀਮ ਨੂੰ ਕਿਵੇਂ ਉੱਪਰ ਲਾ ਸਕਦੇ ਹਾਂ ਆਪਾਂ ਅਤੇ ਮੇਨ ਆਹੀ ਫੋਕਸ ਹੋਊਗਾ ਕਿ ਅੱਗੇ ਮੈਚਾਂ 'ਚ ਜਦੋਂ ਵੀ ਪ੍ਰੈਸ਼ਰ ਪਵੇ ਆਪਣੇ 'ਤੇ ਅਤੇ ਉਦੋਂ ਆਪਾਂ ਉਹ ਕਰੰਟ ਸਿਚੁਏਸ਼ਨ ਨੂੰ ਜਿੱਤਣਾ ਆ ਤਾਂ ਕਿ ਰਿਜ਼ਲਟ ਆਪਾਂ ਚੇਂਜ ਕਰ ਸਕੀਏ ਟੀਮ ਲਈ ਅਤੇ ਮੇਨਲੀ ਆਹੀ ਆ ਕਿ ਅੱਗੇ ਜਿੰਨੇ ਵੀ ਮੈਚਿਸ ਆ ਉਹਨਾਂ 'ਚ ਵਧੀਆ ਡੋਮੀਨੇਟ ਕਰਕੇ ਖੇਡਾਂਗੇ ਡੋਮੀਨੇਟਿੰਗ ਕ੍ਰਿਕਟ ਖੇਡਾਂਗੇ ਅਤੇ ਵਧੀਆ ਰਿਜ਼ਲਟਸ ਆਉਣਗੇ ਟੀਮ ਲਈ